ਅੱਜ ਤਲਾਸ਼ੀ ਧਿਆਨ ਨਾਲ ਲੈਣੀ ਆ, ਵਾਰਦਾਤ ਹੋਈ ਆ, ਠੀਕ ਹੈ ਨਾ? ਹਾਂ ਸਾਹਿਬ ਜੀ, ਮੋਟਰਸਾਈਕਲ ਆ ਰਿਹਾ ਹੈ, ਉਹਨੂੰ ਫੜੋ, ਫੜਦੇ ਆ, ਫੜਦੇ ਆ, ਰੋਕ 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 ਜੀ ਸਾਹਿਬ ਜੀ, ਇਹ ਤੁਸੀਂ ਓਵਰ ਸਪੀਡ ਤੇ ਆ ਰਹੇ ਹੋ, ਤੁਹਾਡਾ ਚਲਾਣ ਹੋਏਗਾ। ਹੈਲੋ ਤਰੋ ਜੀ ਸਾਹਿਬ ਜੀ, ਹੈਲੋ ਤਰੋ ਥੱਲੇ ਲਓ ਜੀ ਸਾਹਿਬ ਜੀ, ਤਲਾਸ਼ੀ ਲੈ ਮੁੰਡੇ ਇਹਨਾਂ ਦੀ। ਬੰਦਿਆਂ ਵਾਂਗੋ ਤਲਾਸ਼ੀ ਦੇ, ਤੁਸੀਂ ਓਵਰ ਸਪੀਡ ਤੇ ਜਾ ਰਹੇ ਹੋ, ਤੁਹਾਡਾ ਚਲਾਣ ਹੋਏਗਾ। ਨਹੀਂ ਸਾਹਿਬ ਜੀ, ਮੈਨੂੰ ਜਾਣ ਦਿਓ, ਮਿਹਰਬਾਨੀ ਜੀ, ਬੜੀ ਮਿਹਰਬਾਨੀ। ਅਸੀਂ ਮੁਜਰਮਾਂ ਨੂੰ ਜਾਣ ਦੇਤਾ ਤੇ ਸਾਡੇ ਬੱਚੇ ਦਾ ਭੁੱਖੇ ਮਰ ਗਏ ਨਾ। ਸਾਡਾ ਸਾਹਿਬ ਬੜਾ ਸਖਤ ਹੈ, ਬੜਾ ਸਾਫ ਸੁਥਰਾ ਕੰਮ ਕਰਦਾ। ਹਾਂਜੀ, ਤੈਨੂੰ ਪਤਾ ਕਾਨੂੰਨ ਨੂੰ ਟੀਚਰ ਮਹਿੰਗੀ ਪੈਂਦੀ ਹੈ। ਕਾਨੂੰਨ ਨੂੰ ਕਿੰਨੀ ਕੁ ਮਹਿੰਗੀ ਟੀਚਰ ਪੈਂਦੀ ਹੈ? ਜੇ ਮੈਂ ਇਕੱਲਾ ਹੋਵਾਂ ਫਿਰ 1000 ਚ ਪੈਂਦੀ ਹੈ, ਜੇ ਨਾਲ ਮੇਰਾ ਹਵਾਲਦਾਰ ਹੋਵੇ ਫਿਰ 1500 ਚ ਪੈਂਦੀ ਹੈ। ਇੰਸਪੈਕਟਰ ਸ਼ਫੀਕ ਦਵਾਨੀ ਨੇ ਵਰਦੀ ਐਵੇਂ ਨਹੀਂ ਪਾਈ, ਹੋਰ ਕੋਈ ਚੱਜ ਦੇ ਕੱਪੜੇ ਨਹੀਂ ਸੀ ਆ ਗਏ ਤਾਂ ਪਾਈ ਹੈ। ਮੈਨੂੰ ਲੱਗਦਾ ਇਹਨਾਂ ਨੇ ਇੰਜ ਨੀ ਮੰਨਣਾ, ਕੁੰਡੀਆਂ ਨੰਬਰ 2 ਲਾਉਣਾ ਹੀ ਪੈਣਾ ਇਹਨਾਂ ਤੇ। ਇਹਨਾਂ ਨੂੰ ਪਾਜਾ ਪਹਿਲਾਂ ਫਿੱਟ ਕਰਕੇ ਦੇਖਦੇ ਆ, ਜੇ ਅਗਰ ਇਹ ਮੰਨ ਗਏ ਠੀਕ ਹੈ, ਠੀਕ ਹੈ, ਨਹੀਂ ਤਾਂ ਉਸ ਤੋਂ ਬਾਅਦ ਕੁੰਡੀਆਂ ਨੰਬਰ 2 ਲਾਵਾਂਗੇ। ਸਾਹਿਬ ਉਹਨਾਂ ਕੋਲੇ ਜਾਓ, ਕੋਈ ਛਿੱਲੜ ਪਾਣੀ ਦਿਓ ਤੇ ਸਾਹਿਬ ਤੋਂ ਜਾਨ ਛਡਾਓ। ਮੇਰੇ ਕੋਲ ਤੇ ਸ਼ਾਹੀ ਕੋਈ ਨਹੀਂ ਹੈ। ਚਲੋ ਫਿਰ ਦੂਸਰੇ ਨੰਬਰ ਕੁੜੀਏ ਤੇ ਆਓ। ਹਾਂ ਕੀ ਕਹਿੰਦੇ ਨੇ ਨਹੀਂ ਮੰਨਦੇ, ਨੰਬਰ ਕੁੜੀਏ ਲਾਉਣਾ ਫਿਰ ਇਹਨਾਂ ਦੇ ਕੇਸ ਪਾ ਦਿੰਨੇ ਆ। ਤੇ ਸਾਹਿਬ ਜੀ ਕਿਹੜਾ ਕੇਸ ਪਾਉਣਾ ਇਹਨਾਂ ਤੇ? ਮੈਂ ਤੁਹਾਨੂੰ ਦੱਸਦਾ, ਆ ਜਾ ਜਰਾ ਇਹਨਾਂ ਦੇ, ਮੈਂ ਹੁਣੀ ਹਵਾ ਟੈਟ ਕਰਦਾ। ਹਾਂ ਕਰੋ ਕਰੋ, ਇਹਨਾਂ ਤੁਹਾਡੇ ਤੇ ਅਸੀਂ ਕੇਸ ਪਾ, ਨਹੀਂ ਤਾਂ ਇੱਥੇ ਚਾਹ ਪਾਣੀ ਦੇ ਜਾਓ, ਨਹੀਂ ਤਾਂ ਤੁਹਾਡੇ ਤੇ ਇਹੋ ਜਿਹਾ ਕੇਸ ਪਾਉਂਗਾ, ਸਾਰੀ ਉਮਰ ਨਹੀਂ ਬੱਚੇ ਛੁੱਟੋਗੇ। ਜੀ ਮੈਨੂੰ ਮਾਫੀ ਦੇ ਦਿਓ ਜੀ, ਮੈਂ ਜਾ ਰਿਹਾ। ਇਹਨਾਂ ਨੇ ਇਸ ਤਰ੍ਹਾਂ ਦੀ ਚਾਹ ਪਾਣੀ ਦੇਣਾ, ਸਾਡੇ ਭੁੱਖ ਲੱਗੀ ਆ, ਕੋਈ ਰੋਟੀ ਛੋਟੀ ਖਾ ਲਾਂਗੇ, ਇਸ ਤਰ੍ਹਾਂ ਦੀ ਚਾਹ। ਇਹਨਾਂ ਦੇ ਕੇਸ ਪਤਾ ਕਿਹੜਾ ਪਾਉਣਾ? ਇਹਨਾਂ ਨੇ ਰੇਲ ਗੱਡੀ ਚੋਰੀ ਕਰਕੇ ਸੜਕਾਂ ਦੇ ਫੁੱਲ ਸਪੀਡ ਤੇ ਭਜਾ ਰਹੇ ਨੇ। ਔਰ ਤੁਸੀਂ ਚੰਗੇ ਰਹੋਗੇ, ਸਾਹਿਬ ਦੀ ਗੱਲ ਮੰਨ ਲਓ, ਹਜੇ ਵੀ ਮੌਕਾ ਹੈ। ਇਹਨਾਂ ਦੇ ਪਰਨਾ ਜੀ ਪਰਚਾ ਲਿਖਣਾ ਹੈ ਵੀ ਰੇਲ ਗੱਡੀ ਚੋਰੀ ਕਰਕੇ ਸੜਕ ਦੇ ਉੱਤੇ ਫੁੱਲ ਸਪੀਡ ਨਾਲ ਭਜਾਈ ਆ ਰਹੇ ਸੀ। ਨਹੀਂ ਜੀ ਮੈਨੂੰ ਜਾਣ ਦਿਓ ਜੀ, ਅਸੀਂ ਇਹ ਸਾਹਿਬ ਮੇਰਾ ਬੜਾ ਸਖਤ ਹੈ, ਬਚ ਜਾਓ। ਨਹੀਂ ਜੀ ਮੈਨੂੰ ਜਾਣ ਦਿਓ, ਅਸੀਂ ਇੰਸਪੈਕਟਰ ਆ, ਇੰਸਪੈਕਟਰ ਅਸੀਂ ਕੋਈ ਵੀ ਕੇਸ ਪਾ ਸਕਦੇ ਹਾਂ। ਸਾਹਿਬ ਜੀ ਬੜੀ ਬੜੀ ਮਿਹਰਬਾਨੀ ਹੈ, ਮੈਨੂੰ ਜਾਣ ਦੀ, ਸਾਡੇ ਕੋਲ ਸ਼ਾਹੀ ਕੋਈ ਨਹੀਂ ਹੈ। ਇਹਨਾਂ ਨੇ ਇੰਜ ਨਹੀਂ ਮੰਨਣਾ ਹੈਗਾ, ਇਹਨਾਂ ਨੂੰ ਕੁਲੀਆ ਨੰਬਰ 2 ਲਾਉਣਾ ਹੀ ਪੈਣਾ, ਲਾਉਣਾ ਹੀ ਪੈਣਾ, ਲਾਉਣਾ ਹੀ ਪੈਣਾ ਸਾਹਿਬ ਜੀ। ਹਾਂਜੀ ਹੁਣ ਫਿਰ ਨਹੀਂ ਦੇ ਲੋ, ਆਖਰੀ ਵਾਰੀ ਪੁੱਛਦਾ ਜੀ, ਕੋਈ ਨਹੀਂ ਸਾਡੇ ਕੋਲ। ਸ਼ਫੀਕ ਦਵਾਨੀ ਨੇ ਵਰਦੀ ਐਵੇਂ ਨਹੀਂ ਪਾਈ, ਤਰਲੇ ਮਿੰਨਤਾਂ ਕਰਕੇ ਮੰਗ ਕੇ ਪਾਈ ਹੈ। ਆਹ ਫਿਰ ਹੁਣ ਤੁਹਾਡਾ ਕੀ ਮੂਡ ਹੈ? ਇਹ ਜੀ ਮੋੜ ਤੁਹਾਨੂੰ ਕਿਸੇ ਟਾਈਮ ਲੱਗਦੇ ਟੱਪਦੇ ਤੁਹਾਨੂੰ ਫੜਾ ਦਸਾਂਗੇ। ਉਹ ਚੋਰੀ ਸਾਹਿਬ ਬੜੇ ਸਖਤ ਰਹੇ ਸਾਹਿਬ ਜੀ, ਹੁਣ ਸਾਨੂੰ ਜਾਣ ਦਿਓ ਜੀ। ਇੰਜ ਨਹੀਂ ਮੈਂ ਜਾਣ ਦੇਣਾ ਹੈਗਾ, ਲੱਗਦਾ ਬੰਦਾ ਕੋਈ ਚੱਲ ਖਰਚਾ ਮਰਚਾ ਦੇ ਜਾ ਬੱਚੇ ਨੂੰ। ਸਾਹਿਬ ਜੀ ਚਲਾਨ ਕਰੋ ਇਹਨਾਂ ਦਾ, ਇਹਨਾਂ ਨੇ ਇੰਜ ਨਹੀਂ ਮੰਨਣਾ ਭਾਈ। ਮੇਰੇ ਕੋਲ ਹੁੰਦੇ ਤਾਂ ਮੈਂ ਤੁਹਾਨੂੰ ਦੇ ਛੱਡਦੇ ਸਾਹਿਬ ਜੀ, ਕੋਈ ਨਹੀਂ ਹੈਗੇ। ਮੈਂ ਇਹਨਾਂ ਦੀਆਂ ਸ਼ਕਲਾਂ ਤੇ ਤਰਸ ਕਰਦਾ, ਮੈਂ ਕਿਹਾ ਕੁੜੀਆਂ ਨੰਬਰ 2 ਦਾ ਤਾਂ ਇਹਨਾਂ ਦੀ ਤੂੜ ਨਿਕਲ ਜਾਣੀ ਹੈ। ਤੁਸੀਂ ਲਾਓ ਕੁੜੀਆਂ ਨੰਬਰ 2, ਇੰਜ ਨਹੀਂ ਜਾਣ ਛੁੱਟਣੀ ਸਾਹਿਬ ਜੀ। ਕੋਈ ਨਹੀਂ, ਸਾਡਾ ਤਾਂ ਮੀਟਰ ਵੀ ਕੋਈ ਨਹੀਂ, ਮੀਟਰ ਨਹੀਂ ਹੈਗਾ, ਮੀਟਰ 500 ਦੀ ਸਪੀਡ ਤੇ ਮੀਟਰ ਚੱਲਦਾ ਪਿਆ ਤੁਹਾਡਾ, ਹੈਂ? ਅਖਲੋਤੇ ਹੀ ਚੱਲੀ ਜਾਂਦਾ। ਹਾਂਜੀ ਸਾਹਿਬ ਜੀ, ਕੋਈ ਨਹੀਂ ਸਾਡੇ ਕੋਲ, ਹੁਣ ਦਿੰਦੇ ਹੋ ਜਾਂ ਮੈਂ ਫਿਰ ਕੁਲੀਆ ਨੰਬਰ 2 ਲਾਵਾਂ? ਲਾਓ ਲਾਓ ਕੁਲੀਆ ਨੰਬਰ 2 ਹੀ ਲਾਓ, ਤੁਸੀਂ ਲਾਈਏ ਫਿਰ ਤੁਹਾਨੂੰ ਕੁਲੀਆ ਨੰਬਰ 2, ਜੇ ਨਹੀਂ ਬੰਦੇ ਦਾ ਪੁੱਤ ਬਣਦੇ ਤੁਸੀਂ। ਉਹ ਪਤਾ ਨਹੀਂ ਕਿੱਦਾਂ ਕੁ ਸਖਤ ਹੋਣਾ ਕੁਲੀਆ ਨੰਬਰ, ਸਾਨੂੰ ਤਾਂ ਪਤਾ ਵੀ ਕੋਈ ਨਹੀਂ ਹੈਗਾ। ਤੁਸੀਂ ਬੰਦੇ ਦੇ ਪੁੱਤ ਬਣ ਕੇ ਮੁਨਸ਼ੀ ਨੂੰ ਖਰਚਾ ਪਾਣੀ ਉਹਦੀ ਜੇਬ ਚ ਪਾ ਦੋ ਤੇ ਜਾ ਸਕਦੇ ਹੋ, ਨਹੀਂ ਤਾਂ ਤੁਹਾਡੇ ਤੇ ਕੁੜੀਆ ਨੰਬਰ ਨਾ ਲਾਵਿਆ ਜੇ ਪਤਾ ਨਹੀਂ ਕਿੱਡਾ ਕੁ ਜ਼ਾਲਮ ਹੋ ਸੀਦਾ। ਹਾਂਜੀ ਉਹ ਫਿਰ ਲਾਉਣਾ ਪੈਂਦਾ, ਮਜਬੂਰੀ ਆ ਮੇਰੀ। ਨਹੀਂ ਜੱਗ ਜਾਣਦਾ ਇੰਸਪੈਕਟਰ ਸ਼ਫੀਕ ਦਵਾਨੀ ਨੂੰ। ਕੀ ਸਲਾਹ ਹੈ ਬਾਈ ਤੇਰੀ ਮੁਨਸ਼ੀ? ਲਾਓ ਲਾਓ ਉਹ ਜੀ ਕੁਲੀਆ ਨੰਬਰ ਦਾ, ਤਾਂ ਬਸ ਸਾਨੂੰ ਬਚਾ ਲਓ ਜੀ। ਹਾਂ ਸਾਹਿਬ ਜੀ ਲੱਗੇ, ਸਾਹਿਬ ਜੀ ਸਾਨੂੰ ਕੁਲੀਆ ਤੂੰ ਬਚਾ ਲਓ। ਹਾਂ ਸਾਹਿਬ ਜੀ ਲਾਉ ਨੇ, ਉਹ ਪਤਾ ਨਹੀਂ ਕਿੱਡਾ ਕੋ ਮਹਿੰਗਾ ਹੋਣਾ ਕੁਲੀਆ ਨੰਬਰ, ਮੈਨੂੰ ਕੋਈ ਪਾ ਲੱਗਣ ਦੇ ਆ। ਸਾਹਿਬ ਨੂੰ ਪਤਾ, ਮੈਨੂੰ ਕੋਈ ਨਹੀਂ ਪਤਾ। ਆਖਰੀ ਵਾਰੀ ਪੁੱਛ ਲਈਏ ਨਾ ਤੋ,
ਹੁਣ ਤਾਂ ਸ਼ਰਮ ਕਰੋ ਸਾਹਿਬ, ਪੈਰਾਂ ਚ ਗਿਰ ਗਏ ਯਾਰ, ਛੱਡ ਦਿਓ। ਦੇਖਿਆ ਫਿਰ ਕੁਲੀਆ ਨੰਬਰ 2 ਕੰਮ ਆਇਆ ਕਿ ਨਹੀਂ? ਇਹ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ ਸਾਹਿਬ ਜੀ, ਇਹ ਕੁਲੀਆ ਭੁੱਲਿਓ ਨਾ, ਅੱਗੇ ਵੀ ਕੰਮ ਆਏਗਾ। ਅੱਲਾ ਖੈਰ ਕਰੇ। ਲਾ ਹਾਂ ਜੀ, ਚਲ ਆ ਰਹੇ ਨੇ, ਟੈਨਸ਼ਨ ਨਹੀਂ ਲੈਣੀ ਹੈਗੀ, ਅੱਛਾ ਪਾਣੀ ਹੋਰ ਕਰਾਂਗੇ। ਉਹ ਬੜਾ ਓਵਰ ਸਪੀਡ ਤੇ ਆ ਰਿਹਾ, ਡਿੱਗ ਡੋਲੇ ਖਾਂਦਾ ਆ ਰਿਹਾ, ਨਾਲੇ ਮੋਟਰਸਾਈਕਲ ਇੱਧਰ ਜਾ ਰਹੀ ਹੈ ਤੇਰੀ ਇੱਧਰ, ਮੈਨੂੰ ਨਸ਼ੇ ਦੇ ਵਿੱਚ ਲੱਗਦਾ ਤੂੰ ਨਸ਼ਾ ਹੀ ਹੈ। ਨਹੀਂ ਸਾਹਿਬ ਜੀ, ਬਹੁਤ ਪਰੇਸ਼ਾਨੀ ਦੇ ਵਿੱਚ ਆ ਰਿਹਾ ਮੈਂ। ਕੀ ਵਜ੍ਹਾ ਤੂੰ ਬੜਾ ਪਰੇਸ਼ਾਨ ਆ ਰਿਹਾ? ਖੈਰ ਤੇ ਆ, ਤੈਨੂੰ ਕਿਸੇ ਨੇ ਤੈਨੂੰ ਡਾਕੂਆਂ ਨੇ ਘੇਰਿਆ ਜਾਂ ਕੋਈ ਲੁੱਟਿਆ, ਕਿਸੇ ਨੇ ਮਾਰਿਆ ਤੈਨੂੰ? ਦੱਸ, ਪੁਲਿਸ ਕਾਹਦੇ ਵਾਸਤੇ ਖਲੋਤੀ ਹੈ? ਜਨਾਨੀ ਗਈ ਹੋਈ, ਪੇਕਿਆਂ ਦੇ ਮਹੀਨਾ ਪੂਰਾ ਹੋ ਗਿਆ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਯਾਰ। ਫਿਰ ਹੈ ਤੇ ਪਰੇਸ਼ਾਨੀ ਇਹ ਹੀ ਤੇ ਉਹਨੂੰ ਲੈਵਣ ਜਾਣਦੇ ਆ। ਹੁਣ ਤੇਰਾ ਕੀ ਹੱਲ ਹੋਣਾ ਚਾਹੀਦਾ? ਇਹਨੂੰ ਵੀ ਕੁਲੀਆ ਨੰਬਰ 2 ਨਾ ਲਾ ਦਈਏ। ਸਿਫਾਰਸ਼ਾਂ ਸ਼ਬੂਰਸ਼ਾਂ ਮੈਂ ਚੱਲਦੀਆਂ ਨੀ ਹੈਗੀਆਂ, ਤੇਰੇ ਕਹਿੰਦੇ ਮੈਂ ਸੁਣਦਾ ਫੋਨ। ਹਾਂਜੀ ਹਾਂਜੀ, ਅਸਲਾਮੁ ਅਲੈਕੁਮ। ਹਾਂਜੀ ਹਾਂਜੀ ਹਾਂਜੀ, ਪਿਆਰੇ ਭਾਈ ਕੈਸੇ ਹੈ? ਆਪ ਪੁਲਿਸ ਵਾਲਿਆਂ ਨੇ ਡੱਕ ਲਿਆ ਜੀ, ਇਹ ਗੱਲ ਕਰਿਓ ਜੀ, ਕਰਵਾਏ ਬਾਤ ਮੈਂ ਕਹਿਤਾ ਹੂੰ ਇਨਕੋ। ਆ ਕਰਿਓ। ਹੈਲੋ, ਅਸਲਾਮੁ ਅਲੈਕੁਮ, ਕੌਣ ਬੋਲਦਾ ਪਿਆ ਜੀ? ਵਾਲੇਕੁਮ ਅਸਲਾਮ ਸਰ, ਕੀ ਹਾਲ ਚਾਲ ਹੈ? ਠੀਕ ਹੈ। ਕੌਣ ਬੋਲਦਾ ਪਿਆ ਹੋ ਜੀ? ਮੈਂ ਵਸੀਮ ਬਾਤ ਕਰ ਰਿਹਾ ਹੂੰ, ਵਸੀਮ ਟੈਕ 1 ਕੀ ਜਾਨਿਬ ਸੇ। ਵਸੀਮ ਟੈਕ 1 ਵਾਲਾ? ਜੀ ਜੀ। ਅੱਛਾ ਅੱਛਾ, ਹੋਰ ਸੁਣਾਓ ਭਾਈ ਸਾਹਿਬ, ਕੀ ਹਾਲ ਨੇ ਤੁਹਾਡੇ? ਹਾਂਜੀ, ਸ਼ੁਕਰ ਅੱਲਾ ਪਾਕ, ਆਪ ਸੁਣਾਓ ਕਿਵੇਂ ਹੋ? ਮੈਂ ਤੁਹਾਡਾ ਫੈਨ ਹਾਂ ਜੀ, ਮੁਜਰਮ ਘੇਰੇ ਸੀ, ਤੁਹਾਡੀ ਸਿਫਾਰਿਸ਼ ਨਾਲ ਮੈਂ ਛੱਡਣੇ ਆ। ਸਰ ਇਹ ਆਪਕੀ ਮੁਹੱਬਤ ਹੈ, ਇਹ ਆਪਕਾ ਪਿਆਰ ਹੈ, ਬਾਕੀ ਇਹ ਬੰਦੇ ਆਪਣੇ, ਇਨਕੋ ਛੋੜ ਦੋ, ਇਨਕਾ ਕੋਈ ਕਸੂਰ ਨਹੀਂ, ਆਪ ਬੇਫਿਕਰ ਰਹੇ। ਠੀਕ ਹੈ, ਠੀਕ ਹੋ ਗਿਆ ਜੀ, ਠੀਕ ਹੋ ਗਿਆ, ਜਜ਼ਾਕ ਅੱਲਾ। ਉਹ ਸਿਫਾਰਿਸ਼ ਹੀ ਬੜੀ ਵੱਡੀ ਪਵਾਤੀ, ਬੰਦਾ ਮੇਰੇ ਤਲਕ ਨਾਲ ਨਿਕਲਿਆ ਆ, ਇਸ ਕਰਕੇ ਤੈਨੂੰ ਜਾਣ ਦਿੰਦੇ ਆ, ਨਹੀਂ ਤਾਂ ਮੈਂ ਬਹੁਤ ਸਖਤ ਇੰਸਪੈਕਟਰ ਦਾ। ਆ ਮਿਹਰਬਾਨੀ, ਠੀਕ ਦੀਵਾਨੀ ਨੇ ਨਾ ਵਰਦੀ ਐਵੇਂ ਨਹੀਂ ਪਾਈ ਹੈਗੀ, ਹੋਰ ਰੰਗ ਹੈ ਨਹੀਂ ਸੀ ਤਾਂ ਪਾਈ ਹੈ। ਅੱਗੇ ਕੋਈ ਸੁਭਾ ਦੀ ਦਿਹਾੜੀ ਨੀ ਅੱਜ ਖਾਸ ਲੱਗੀ ਆ ਸਾਹਿਬ ਜੀ, ਇੱਕ ਲੱਗਦਾ ਨਸ਼ੇ ਹੀ ਜਾਂਦਾ ਪਿਆ। ਇੱਕ ਦੀਵਾਨੀ ਮੈਨੂੰ ਐਵੇਂ ਨਹੀਂ ਕਹਿੰਦੇ ਆ ਕਿ ਮੈਂ ਤਾਂ ਪੈਦਲ ਜਾਂਦੇ ਦਾ ਚਲਾਨ ਕਰ ਦਿੰਦਾ। ਨਸ਼ੇ ਹੀ ਜੇ ਇੱਕ ਜਾਂਦਾ ਪਿਆ, ਇਹਨੂੰ ਗੇਰ ਨਾ ਲੈ ਜਾ। ਹੁਣ ਕਿਧਰ ਮੂੰਹ ਚੱਕਿਆ ਜੀ ਸਰ? ਕਿਧਰ ਮੂੰਹ ਚੱਕਿਆ? ਇੱਧਰ ਇੱਧਰ ਨੂੰ, ਇੱਧਰ ਕੀ ਪਿਆ? ਇੱਧਰ ਇੱਧਰ ਪੈਲੀਆਂ ਨੇ ਆਪਣੀਆਂ, ਇੱਧਰ ਨਸ਼ਾ ਕਰਕੇ ਆਇਆ ਨਾ? ਨਹੀਂ ਨਹੀਂ, ਸੜਕ ਤੇ ਨੰਬਰ ਵੀ ਦੇਣਾ ਕਸਿਆ ਆ, ਇਹ ਚੋਰੀ ਦੀ ਜੁੱਤੀ ਆ, ਨੰਬਰ ਕਰੋ, ਚਲਾਨ ਕਰੋ, ਚਲਾਨ ਹੋ ਗਿਆ ਤੁਹਾਡਾ, ਰੱਖੋ ਯਾਰ ਚਲਾਨ ਭਾਈ ਜੀ, ਪਲੇਟਫਾਰਮ ਜੁੱਤੀ ਲਈ ਫਿਰਦੇ ਆ, ਪਲੇਟਫਾਰਮ ਅੱਜ ਚਲਾਨ ਤੁਸੀਂ ਰਹਿੰਦੇ ਹੋ, ਮੈਂ
ਉਹਦੀ ਗੱਲ ਤੁਹਾਡੇ ਘਰ ਦੇ ਆਵਾਂਗਾ। ਮੈਨੂੰ ਚੰਗੀ ਤਰ੍ਹਾਂ ਸਮਝਾ ਦੇ, ਚੰਗੀ ਤਰ੍ਹਾਂ ਮੈਂ ਫਿਰ ਜਾਣਦਾ ਆ ਮੈਨੂੰ ਨਾਲੇ। ਠੀਕ ਹੈ ਸਾਹਿਬ ਜੀ। ਹਾਂਜੀ ਸਾਹਿਬ ਤੋਂ ਜਾਣ ਚੜਾ ਗੁਜਾਰ ਚਿੱਲੜ ਹੈ ਨੇ ਤੇ ਦੇ ਸਾਹਿਬ ਨੂੰ ਨੇ ਤੇ ਕੁਲੀਆ ਨੰਬਰ 2 ਲੱਗ ਗਿਆ ਤੇਰੇ ਵਾਸਤੇ ਔਖਾ ਹੋ ਜਾ ਸੀ। ਅੱਛਾ ਹਾਂ ਮੈਨੂੰ ਕੁਲੀਆ ਨੰਬਰ 2 ਨਹੀਂ ਲਾਇਆ ਹੈਗਾ। ਹਾਂ ਹਾਂਜੀ ਕੀ ਦਿਆਂ ਸਾਹਿਬ ਨੂੰ? ਸਾਹਿਬ ਨੂੰ ਚਿੱਲੜ ਦੇ। ਹਾਂ ਹੁਣ ਤੂੰ ਦਿਲਾ ਕੋਈ ਸ਼ਾਇਦ ਕੁਲੀਆ ਨੰਬਰ 2 ਲਾਵਾਂ ਤੇਰੇ ਤੇ ਮੈਂ। ਸਾਹਿਬ ਜੀ ਮੇਰੇ ਕੋਲ ਇਸ ਟਾਈਮ ਕੋਈ ਨਹੀਂ, ਮੈਂ ਜੇ ਤੈਨੂੰ ਮੈਂ ਦੱਸਾਂ ਇਹਨੂੰ ਬਚਾ ਲੈ ਕੁਲੀਆ ਨੰਬਰ 2 ਤੋਂ, ਇਹਨੇ ਮੇਰੇ ਨਾਲ ਕੰਮ ਨਹੀਂ ਕਰਨੀ। ਸਾਹਿਬਾਂ ਨੂੰ ਦੱਸ ਜੀ ਮੇਰੀ ਗੱਲ ਸੁਣੋ, ਅਗਰ ਉਹਨੂੰ ਮੇਰੇ ਮੁਰਸ਼ੀ ਨੂੰ ਮੇਰੇ ਕੰਡਾਈ ਨੂੰ ਗੱਲ ਸੁਣਾ। ਸਾਹਿਬ ਜੀ ਮੇਰੇ ਕੋਲ ਇਸ ਟਾਈਮ ਕੋਈ ਨਹੀਂ, ਲੋਕ ਮੈਂ ਘਰ ਦੇ ਆਵਾਂਗਾ ਜਾ ਕੇ। ਚਲੋ ਠੀਕ ਹੈ, ਪਹੁੰਚਾ ਦੀ ਮਾਂ ਪਹੁੰਚਾ ਦਿਆਂਗਾ। ਬਸ ਠੀਕ ਹੈ ਠੀਕ ਹੈ। ਯਾਰ ਬਾਹਰ ਉਹਨਾਂ ਹੋਟਲ ਦੀਆਂ ਰੋਟੀਆਂ ਖਾ ਖਾ ਕੇ ਨਾ ਪੇਟ ਖਰਾਬ ਹੋਇਆ ਪਿਆ। ਅੱਜ ਬੇਗਮ ਦੇ ਹੱਥਾਂ ਦੀਆਂ ਰੋਟੀਆਂ ਖਾਂਦੇ ਹਾਂ, ਮਜ਼ਾ ਹੀ ਆ ਜਾਏਗਾ। ਅੱਜ ਨਾਲੇ ਕੋਈ ਪਿਆਰ ਦੀਆਂ ਚਾਰ ਗੱਲਾਂ ਕਰਾਂਗੇ। ਘਰ ਵਾਲੀ ਕਿੱਥੇ ਆ? ਹਾਂਜੀ ਰੋਟੀ ਦੀ ਪੂਰਤੀ ਲਿਆ, ਭੁੱਖ ਬੜੀ ਲੱਗੀ ਆ, ਰੋਟੀ ਕਰਕੇ ਆਏ ਹਾਂ ਤੇ ਕਿਤੋਂ ਅੱਜ ਮੈਂ ਕੋਈ ਸ਼ੈ ਨਹੀਂ ਖਾਧੀ ਹੈਗੀ। ਸੁੱਟ ਮਾਰ ਕੇ ਰੋਟੀ ਲਿਆ ਅੱਜ ਲਿਆ ਲਿਆ ਲਿਆ, ਬੜੀ ਭੁੱਖ ਲੱਗੀ ਆ ਲਿਆ। ਥਾਣੇਦਾਰ ਤੂੰ ਥਾਣੇਦਾਰ ਹੋਏਗਾ, ਬਾਹਰ ਹੋਏਗਾ, ਘਰ ਨੀ ਹੋਏਗਾ। ਚਲਾਨ ਚਲੂਨ ਹੋਇਆ, ਅਸੀਂ ਪੈਸੇ ਇੱਥੇ ਦੇ ਜਾਂਦੇ ਹੈ। ਪਹਿਲੇ ਸੀਨ ਗਰਮ ਹੋਇਆ ਆਪਾਂ ਭਾਈ, ਚਲੀਏ ਆਪਾਂ ਕੱਲ ਨੂੰ ਨਾ ਮੈਂ ਪੈਸੇ ਫੜਾ ਜਾਂਗਾ। ਠੀਕ ਹੋ ਗਿਆ, ਚਲੋ ਅੱਜ ਦੇਖਦੇ ਹਾਂ, ਅੱਜ ਦੂਸਰਾ ਦਿਨ ਆਸ਼ਾ ਤਾਂ ਜਾ ਜਾਵੇ। ਆ ਗਿਆ ਆ ਗਿਆ। ਹਲੋ ਹਲੋ ਜੀ ਸਾਹਿਬ ਜੀ, ਸੁਣ ਆ ਸਾਹਿਬਾਂ ਦੀ ਗੱਲ ਸੁਣੋ। ਕੱਲ ਦਊਗਾ ਸੀ ਮੈਂ, ਕੱਲ ਦੇ ਜਾਗਾ ਪੈਸੇ ਘਰ। ਆਇਆ ਕਿਉਂ ਨਹੀਂ ਬਈ ਫਿਰ? ਸਾਹਿਬ ਜੀ ਕੋਈ ਪਰਦੇ ਵਾਲੀ ਗੱਲ ਹੁੰਦੀ ਹੈ। ਅੱਛਾ ਦੱਸੋ ਪਰਦੇ ਵਾਲੀ ਗੱਲ ਕੀ ਹੈ? ਆ ਸਾਈਡ ਤੇ ਤੁਮ ਸਾਈਡ ਦੱਸਣਾ ਪਿੱਛੇ ਰਹੀ ਬੁੱਢੀ। ਦਰਅਸਲ ਕੱਲ ਗਿਆ ਸੀ ਰਾਤ ਨੂੰ ਘਰ ਆਪਣੇ। ਅੱਛਾ ਤੇ ਮੈਂ ਬੁੱਢੀ ਕੋਲੋਂ ਰੋਟੀ ਮੰਗੀ। ਅੱਛਾ ਉਹਨੇ ਵਿੱਚ ਨਮਕ ਜ਼ਿਆਦਾ ਪਾਤਾ, ਪਰ ਮੈਂ ਰੋਟੀ ਚੁੱਕ ਕੇ ਮਾਰੀ ਤੇ ਉਹਨੇ ਮੈਨੂੰ ਫੜ ਕੇ ਕੁੱਟਤਾ। ਜਿਹਦੀ ਵਜ੍ਹਾ ਤੋਂ ਮੈਂ ਆਇਆ ਨਹੀਂ ਆਇਆ। ਚੁੱਪ ਕਰ ਦੱਸੀ ਨਾ ਮੁਨਸ਼ੀ ਮੇਰਾ ਕੋਲਿਆ, ਘਰੋਂ ਘਰੀ ਇਹੀ ਹਾਲ ਹੈ। ਚੱਲ ਕੋਈ ਗੱਲ ਨਹੀਂ, ਜਾ ਤੂੰ। ਚੱਲ ਠੀਕ ਹੈ।